ਨਾਮ ਮੈਂ ਅਮਰਦੀਪ ਕੌਰ ਵਾਰਡ ਨੰਬਰ 1 ਤੋਂ ਐਮਸੀ ਖੜੀ ਹੋਈ ਹਾਂ ਐਮਸੀ ਤੋਂ ਠੀਕ ਹੈ ਮੈਂ ਖੜੀ ਨਹੀਂ ਹੋਈ ਮੈਨੂੰ ਕਲੋਨੀ ਵਾਸੀਆਂ ਨੇ ਖੜਾ ਕੀਤਾ ਮੈਨੂੰ 26 ਜਨਵਰੀ 2012 'ਚ ਅਵਾਰਡ ਵੀ ਮਿਲਿਆ ਸਮਾਜ ਸੇਵੀ ਦਾ ਮੈਂ ਨਿਸਵਾਰਥ 12 ਸਾਲ ਤੋਂ 36 ਬਰਾਦਰੀਆਂ ਨੂੰ ਨਾਲ ਲੈ ਕੇ ਸਮਾਜ ਸੇਵਾ ਕੀਤੀ ਜਿਨ੍ਹਾਂ ਨੇ ਮੈਨੂੰ ਸਨਮਾਨ ਦਿੱਤਾ ਇੱਜ਼ਤ ਦਿੱਤੀ ਮੈਨੂੰ ਵਾਰਡ 'ਚ ਖੜਾ ਕੀਤਾ ਪਰੰਤੂ ਮੈਂ ਜਦੋਂ ਵੋਟਾਂ ਦੀ ਗਿਣਤੀ ਹੋਣ ਲੱਗੀ ਮੈਨੂੰ ਕਹਿ ਅੰਦਰ ਵੜਨ ਨਹੀਂ ਦਿੱਤਾ ਕਹਿੰਦਾ ਪਹਿਲਾਂ ਕਿਰਪਾਨ ਉਤਾਰੋ ਤਾਂ ਤੁਸੀਂ ਅੰਦਰ ਜਾ ਸਕਦੇ ਹੋ ਇਹ ਇਜਾਜ਼ਤ ਨੇ ਕਾਨੂੰਨ ਤੇ ਵਿਰੁੱਧ ਹੈ ਮੈਂ ਕਿਹਾ ਤੁਸੀਂ ਮੇਰੇ ਗਰਦਨ ਦੇ ਨਾ ਕਿਰਪਾਨ ਬੰਦੂਕ ਰੱਖ ਦਿਓ ਤਾਂ ਬੰਦੂਕ ਰੱਖ ਕੇ ਮੈਨੂੰ ਅੰਦਰ ਵਾੜ ਲਓ ਮੈਨੂੰ ਬੰਦੂਕ ਚਲਾ ਦਿਓ ਮੈਨੂੰ ਮਾਰ ਦਿਓ ਜਾਨ ਤੋਂ ਮਾਰ ਦਿਓ ਪਰ ਕਿਰਪਾਨ ਨਾ ਉਤਾਰੋ ਪਰੰਤੂ ਪੁਲਿਸ ਦੇ ਕਰਮਚਾਰੀਆਂ ਨੇ ਉਹਨਾਂ ਨੇ ਇਸ਼ਾਰਾ ਕਰਤਾ ਪੁਲਿਸ ਵਾਲਿਆਂ ਨੇ ਇਹਨੂੰ ਧੱਕੇ ਮਾਰੋ ਇਹਨੂੰ ਬਾਹਰ ਕੱਢੋ ਇਹ ਮੈਨੂੰ ਧੱਕੇ ਮਾਰੇ ਗਏ ਤੇ ਮੈਂ ਫਿਰ ਪਰੇ ਚਲੀ ਗਈ ਧੱਕੇ ਮਾਰ ਕੇ ਮੈਨੂੰ ਪਰੇ ਕਰਤਾ ਉਹ ਮੈਂ ਇਕੱਲੀ ਉਹ 6-7 ਲੇਡੀ ਸੀਗੀਆਂ ਪੁਲਿਸ ਫਿਰ ਮੈਂ ਘੁੰਮ ਘੁਮਾ ਕੇ ADC ਸਾਹਿਬ ਨੂੰ ਮਿਲੀ ADC ਸਾਹਿਬ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਫਿਰ ਉਹਨਾਂ ਨੇ ਕਿਹਾ ਜੀ ਤੁਹਾਨੂੰ ਕਿਰਪਾਨ ਉਤਾਰਾਉਣੀ ਪਈ ਉਹਨਾਂ ਨੇ ਕਿਰਪਾਨ ਉਤਵਾਤੀ ਫਿਰ ਉੱਥੇ ਸਟੇਡੀਅਮ 'ਚ ਖਿਲਾੜੀਆਂ ਦਾ ਦਫ਼ਤਰ ਹੈ ਉੱਥੇ ਬਾਥਰੂਮ 'ਚ ਆ ਕੇ ਮੈਂ ਕਿਰਪਾਨ ਉਤਾਰੀ ਫਿਰ ਮੈਨੂੰ ਅੰਦਰ ਵੜਨ ਦਿੱਤਾ ਮੈਨੂੰ ਤਾਂ ਬਸ ਹੱਥ ਜੋੜ ਕੇ ਇਹ ਬੇਨਤੀ ਹੈ ਅਕਾਲ ਤਖ਼ਤ ਨਾਲ ਮੇਰੀ ਮਦਦ ਕੀਤੀ ਜਾਵੇ ਮੈਨੂੰ ਇਨਸਾਫ਼ ਦਵਾਇਆ ਜਾਵੇ ਮੇਰੀ ਸਿੱਕੀ ਨੂੰ ਲਾਜ ਲਗਾਤੀ ਮੇਰਾ ਅੰਮ੍ਰਿਤ ਤੋੜਾ ਬਸ ਮੈਂ ਤਾਂ ਇਹੀ ਬੇਨਤੀ ਹਾਂ।